थिंक 15 दिसंबर नो एक इनफॉर्मेशन आई सी स्पेसिफिक इनफॉर्मेशन के उपर सी आई ए ने 4 लोग अरैसट किए थे जिन्हों के कोलों की 4 वेपन जोड़े रिकवर हुए थे। जो उन्होंने बैकवर्ड फॉरवर्ड लिंक भी असं वर्कआउट करनी शुरू की सूँ पता लगे भी इन्हों के जेल के नाम भी लिंक जुड़ते हैं। तो इस तो अलावा ये एक कोड वर्ड सगा एक बंद का जिन्होंने 777 कहें और वो बंदा जो है वैपन्स मंगवा के जो है पंजाब के वक्री वक्री थावान उपर सप्लाई कर रहा है। उस 777 आइडेंटिफाई किया गया तो पता लगे भी वह अमृतसर जेल तो ऑपरेट कर रहा है। तो वह आप प्रोडक्शन वरंट लेके आके तो साथियों लेके आके हूँ आप 8 होर वैपन जोड़े रिकवर किए। टोटल मिला के हूँ तक 12 वैपन जिदे विच की 6 पिस्तौल जिहड़े 32 बोर दे हैगे ने, 4 पिस्तौल 315 बोर दे, 2 30 बोर दे, ते इस तो अलावा 50 वक्रे जिहड़े कार्टरेजेस हैगे ने बुलेट्स हैगियां ओह हुण तक रिकवर होईयां। साडी हुण तक दी तफ्तीश दे विच कुछ होर लोग भी सामने आए हैगे ने जिहड़े कि इहदे विच इनवॉल्व हैगे ने। ते साडे वल्लों कोशिश रहेगी वी जल्दी जिहड़ा हैगा पूरा इह जिहड़ा वैपन सप्लाई रिंग हैगा इहनूं आपां तोड़ीए ते सारे बंदे जिहड़े हैगे उहनां नूं सज़ा दिवाईए। सर जी हुण तक दी जिहड़ी तफ्तीश है उहदे विच इह है वी उहनूं इहनूं किसे टाइम ਉੱਪਰ ਉੱਥੋਂ ਮੋਬਾਈਲ ਫੋਨ ਦਾ ਸ਼ਾਇਦ ਐਕਸੈਸ ਰਿਹਾ ਹੈਗਾ ਇਸ ਕਰਕੇ ਉੱਥੋਂ ਅੰਦਰੋਂ ਕੋਆਰਡੀਨੇਟ ਕਰਨ 'ਚ ਕੰਮ ਕਰ ਰਿਹਾ। ਕਿਸ ਕੈਨ ਨੂੰ ਰਿਲੇਟਡ ਨੇ? ਹਾਂਜੀ ਗੈਂਗ ਕਿਸ ਕੈਨ? ਇਹ ਜੱਗੂ ਭਗਵਾਨਪੁਰੀਆ ਦੇ ਨਾਲ ਹੈ। ਕਿੱਥੋਂ ਇਹ ਸਾਰੇ ਜਿਹੜੇ ਹੈ ਨੇ? ਇਹ ਆਪਣੇ 4 ਲੋਕ ਜਿਹੜੇ ਕਿ ਪਹਿਲੇ ਹੈਗੇ ਨੇ ਉਹ ਤਾਂ ਆਪਣੇ ਸਾਡੇ ਰੋਪੜ 'ਚੋਂ ਹੀ ਅਰੈਸਟ ਕੀਤੇ ਗਏ ਸੀ ਅਤੇ ਉਸ ਤੋਂ ਬਾਅਦ ਬਾਕੀ ਹੈਗੇ ਨੇ ਪ੍ਰੋਡਕਸ਼ਨ ਫਰੰਟ 'ਤੇ ਲਿਆ ਕੇ ਉਹਨਾਂ ਦੀ ਮਜੀਠੇ ਏਰੀਆ ਦੇ ਵਿੱਚੋਂ ਸਾਡੀ ਰਿਕਵਰੀ ਅੰਮ੍ਰਿਤਸਰ ਤੋਂ ਰਿਕਵਰੀ ਹੋਈ। ਸਰ ਉਮੂਮਨ ਦੇਖਣ ਵਿੱਚ ਆਇਆ ਮਤਪਤ ਮੈਂ ਦੱਸਣਾ ਚਾਹਾਂਗਾ ਵੀ ਸ਼ਾਇਦ ਤੁਹਾਨੂੰ ਯਾਦ ਹੋਊਗਾ ਵੀ ਕੁਝ ਸਮਾਂ ਪਹਿਲੇ ਵੀ ਅਸੀਂ 20 ਵੈਪਨ ਜਿਹੜੇ ਹੈਗੇ ਰਿਕਵਰ ਕੀਤੇ ਸੀ ਉਹ ਮੱਧ ਪ੍ਰਦੇਸ਼ ਤੋਂ ਸੀਗੇ। ਇਹ ਸਾਰੇ ਜਿਹੜਾ ਹੁਣ ਤੱਕ ਵੀ ਜਿਹੜਾ ਨੈਟਵਰਕ ਅਸੀਂ ਵਰਕਆਊਟ ਕਰ ਰਹੇ ਹਾਂ ਸਾਰੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਨੇ ਇਹ ਜਾ ਕੇ ਮੱਧ ਪ੍ਰਦੇਸ਼ ਔਰ ਯੂਪੀ ਦੇ ਵਿੱਚ ਜੁੜਦੇ ਹੈਗੇ ਨੇ ਜਿੱਥੋਂ ਸਪਲਾਈ ਆ ਰਹੀ ਹੈ। ਉਸੀ ਓਪਰੇਸ਼ਨ ਦੇ ਦੌਰਾਨ ਹੀ ਇਹ ਵਾਲੀ ਲੀਡ ਵੀ ਡਿਵੈਲਪ ਹੋਈ ਸੀ ਅਤੇ ਸਾਨੂੰ ਇਹਦੇ ਵਿੱਚ ਸਾਡੇ ਕੋਲ ਹੋਰ ਲੀਡਸ ਵੀ ਡਿਵੈਲਪ ਹੋਈਆਂ ਨੇ ਜਿਹਨਾਂ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਵੈਪਨ ਰਿਕਵਰ ਹੋਣਗੇ ਅਤੇ ਜਿਹੜੇ ਕ੍ਰਿਮੀਨਲਸ ਹੈਗੇ ਆਪਾਂ ਨੂੰ ਅਰੈਸਟ ਕਰਨ 'ਚ ਕਾਮਯਾਬ ਹੋਣਾ। ਸਰ ਜਿਸ ਹਿਸਾਬ ਨਾਲ ਜ਼ਖੀਰਾ ਬਰਾਮਦ ਰੋਕਿਆ ਗਿਆ ਪੁਲਿਸ ਵੱਲੋਂ ਵੇਖੋ ਜੇ ਵੈਪਨ ਲੈ ਕੇ ਆਏ ਨੇ ਇਲੀਗਲ ਵੈਪਨ ਲੈ ਕੇ ਆਏ ਨੇ ਤਾਂ ਓਬਵੀਅਸਲੀ ਕੋਸ਼ਿਸ਼ ਤਾਂ ਪੰਜਾਬ ਦੀ ਸ਼ਾਂਤੀ ਨੂੰ ਸ਼ਾਇਦ ਭੰਗ ਕਰਨ ਦੀ ਵੀ ਰਹੀ ਹੋਊਗੀ। ਪਰ ਮਾਨਯੋਗ CM ਸਾਹਿਬ ਅਤੇ DG ਸਾਹਿਬ ਦੀ ਹਦਾਇਤਾਂ ਮੁਤਾਬਕ ਅਸੀਂ ਜਿਹੜਾ ਹੈਗਾ ਪੂਰੇ ਦੁਰੁਸਤ ਹੈਗੇ ਹਾਂ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਹੋਣ ਦੇਣਾ, ਕ੍ਰਿਮੀਨਲਸ ਨੂੰ ਆਪਾਂ ਕਿਸੇ ਵੀ ਹਾਲਤ ਵਿੱਚ ਕੋਈ ਵੀ ਡੈਮੇਜ ਜਿਹੜਾ ਕਿ ਸਾਡੀ ਸੁਸਾਇਟੀ ਨੂੰ ਨਹੀਂ ਹੋਣ ਦੇਣਾ ਹੈ। ਅਤੇ ਇਹਦੇ ਉੱਪਰ CM ਸਾਹਿਬ ਅਤੇ DG ਸਾਹਿਬ ਦੇ ਬਹੁਤ ਕਲੀਅਰ ਇੰਸਟਰਕਸ਼ਨਸ ਨੇ ਅਤੇ ਸਾਨੂੰ ਉਮੀਦ ਹੈ ਵੀ ਅਸੀਂ ਇਸ ਦੇ ਉੱਪਰ ਖਰਾ ਉਤਰਾਂਗੇ।